ਅਸਲਾਮੁਅਲੈਕੁਮ ਭਾਈ ਜੀ ਆ ਗਏ ਹੋ ਜਨਾਬ ਕਹਿੰਦਾ ਸਾਡੇ ਪੰਪ ਵਿੰਗੇ ਹੁੰਦੇ ਨੇ ਉਹਦੇ ਨਾਲ ਲੜੀ ਜੀ ਆਪਣੇ ਪੰਪਾਂ ਦਾ ਇਲਾਜ ਨਾ ਕਰਾਈ ਮੈਂ ਕਹਿੰਦਾ ਡਾਕਟਰ ਸਾਹਿਬ ਜੀ ਮੈਂ ਤੁਹਾਡੀ ਇੱਜ਼ਤ ਕਰ ਰਿਹਾ ਹਾਂ ਮੈਂ ਤੇਰਾ ਪਰਮਈਆ ਵੀ ਆ ਨਾ ਮੇਰੀ ਗੱਲ ਸੁਣਾ ਓਏ ਕੁੜੀ ਦੀ ਸੁਣ ਜੋ ਕਹਿ ਰਹੀ ਜੀ ਸਾਰੇ ਮਰੀਜ਼ਾਂ ਨੂੰ ਮੈਂ ਚੇਂਜ ਕਰਦਾ ਕਿਸੇ ਦੇ ਬੈੱਡ ਦੀ ਚਾਦਰ ਇਧਰ ਕਰਦੀ ਹੈ ਕਿਸੇ ਦੀ ਇਧਰ ਕਰਦੀ ਹੈ ਕੋਈ ਮਰੀਜ਼ ਇਧਰ ਕਰਦਾ ਕੋਈ ਮਰੀਜ਼ ਇਧਰ ਕਰਦਾ ਤੇ ਇੰਨੇ ਵਰਗਾ ਵੈਂਟੀਲੇਟਰ ਨਹੀਂ ਪਾ ਨਾਲੇ ਕਹਿੰਦੇ ਕਹਿੰਦੀ ਵੈਂਟੀਲੇਟਰ ਤੇ ਪਾਇਆ ਹਾਂ ਥਰਮਾਮੀਟਰ ਉਹਦੇ ਮੂੰਹ ਤੇਰੇ ਪਿਓ ਨੇ ਪਾਣਾ ਕਿੰਨੇ ਥਰਮਾਮੀਟਰ ਪਾਣਾ ਤੇ ਕਿੱਥੇ ਪਾਣਾ ਤੁਹਾਨੂੰ ਪਤਾ ਨਹੀਂ ਮੇਰਾ ਨਾਮ ਡਾਕਟਰ ਚੀਰਪਾੜ ਹੈ ਇਹ ਡਾਕਟਰ ਚੀਰਪਾੜ ਦਾ ਕੀ ਮਸਲਾ ਐਸੇ ਮੈਂ ਆਪਰੇਸ਼ਨ ਕਾਮਯਾਬ ਕੀਤੇ ਨੇ ਬੇਟਾ ਤੁਹਾਨੂੰ ਪਤਾ ਨਹੀਂ ਅੱਛਾ ਜੀ ਮੇਰੇ ਮੱਲੇ ਦੇ ਵਿੱਚ ਇੱਕ ਮਾਈ ਸੀ ਪੰਜ ਸਾਲ ਤੋਂ ਉਹਨੂੰ ਸ਼ੂਗਰ ਸੀ ਦੋ ਖੁਰਾਕਾਂ ਦਿੱਤੀਆਂ ਨੇ ਨਾ ਸ਼ੂਗਰ ਰਹੀ ਨਾ ਮਾਈ ਰਹੀ ਕਿੰਨੀ ਗੱਲ ਨੂੰ ਮੈਂ ਜਿਸ ਬੰਦੇ ਨੂੰ ਪੁੜੀ ਦਿੱਤੀ ਹੈ ਉਹਦੇ ਜਨਾਜ਼ੇ ਨੂੰ ਕੰਧਾ ਵੀ ਆਪ ਹੀ ਦਿੱਤਾ ਵੈਰੀ ਗੁੱਡ ਜਦੋਂ ਮੈਂ ਇੱਥੇ ਨਵਾਂ ਨਵਾਂ ਹਸਪੀਟਲ ਪਾਇਆ ਤੇ ਮਿਆਣੀ ਸਾਹਿਬ ਟਾਵਾਂ ਟਾਵਾਂ ਕਬਰ ਸੀ ਅੱਛਾ ਵੇਖੋ ਹੁਣ ਕਿਵੇਂ ਰੌਣਕਾਂ ਲੱਗੀਆਂ ਆ ਦੇਖੋ ਸਮਝੇ ਨੀ ਗੱਲ ਨੂੰ ਮੈਂ ਕੱਲ ਇੱਕ ਬੰਦੇ ਦਾ ਆਪਰੇਸ਼ਨ ਕੀਤਾ ਖੂਨ ਨਹੀਂ ਸੀ ਬੰਦ ਹੋ ਰਿਹਾ ਓਏ ਹੋਏ ਮੈਂ ਉੱਤੇ ਰੇਤ ਪਾਤੀ ਰੁਕਣਾ ਚਾਹੀਦਾ ਕਿਸੇ ਤਰੀਕੇ ਦੇ ਨਾਲ ਇਹ ਕੀ ਹੋਇਆ ਲੋਈ ਨਾ ਕੋਈ ਵੱਡਾ ਕਾਰਨਾਮਾ ਸੁਣਾਓ ਇਸ ਤੋਂ ਵੱਡਾ ਸੁਣਾਉਂਦੇ ਤੈਨੂੰ ਅੱਛਾ ਜੀ ਮੈਂ ਤੇ ਆਪਣੇ ਮਰੀਜ਼ਾਂ ਨੂੰ ਕਹਿਣਾ ਕਿ ਮੇਰੀ ਗੱਲ ਸੁਣੋ ਕੀ ਅੱਲਾ ਦੇ ਨਾਲ ਤੇ ਡਾਕਟਰ ਦੇ ਨਾਲ ਕਦੀ ਨਾ ਵਿਗਾੜੋ ਉਹ ਕਿਉਂ ਜੀ ਅੱਲਾ ਜਦੋਂ ਚਾਹੇ ਡਾਕਟਰ ਕੋ ਭੇਜ ਦੇਵੇ ਡਾਕਟਰ ਜਦੋਂ ਚਾਹੇ ਅੱਲਾ ਕੋ ਭੇਜ ਦੇਵੇ ਸਮਝੇ ਅਸੀਂ ਤੇ ਸੌਰੀ ਕਹਿਣਾ ਨਾ ਇਹ ਮੈਂ ਕਿਹਾ ਆਪਣਾ ਨਰਸ ਜੀ ਭਾਗ ਸਾਹਿਬ ਕੀ ਕਰ ਰਹੇ ਹੋ ਤੁਸੀਂ ਏਡਾ ਠੀਕ ਆ ਤਾਂ ਮੈਂ ਕਦੇ ਖਾਬ 'ਚ ਨਹੀਂ ਵੇਖਿਆ ਉਹ ਦਫਾ ਹੋ ਜਾ ਪਰੇ ਓਏ ਅੱਜ ਵੇਖ ਲੈ ਕੀ ਕੀ ਕੰਮ ਕੀਤਾ ਤੁਸੀਂ ਮੈਂ ਮਰੀਜ਼ਾਂ ਨੂੰ ਸ਼ਿਫਟ ਕਰ ਦਿੱਤਾ ਆ ਵੇਖੋ ਜਰਾ ਹਾਂ ਠੀਕ ਹੈ ਫਿਰ ਹੋ ਗਿਆ ਸਾਰੇ ਕੰਮ ਕਰ ਲਿੱਤੇ ਆ ਇੱਕ ਮਰੀਜ਼ ਨੂੰ ਲੈ ਕੇ ਗਏ ਨੇ ਇਸਲਾਮਾਬਾਦ ਫਿਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਓਏ ਹੋਏ ਉਸ ਮਰੀਜ਼ ਨੂੰ ਕਰਾਚੀ ਲੈ ਗਏ ਨੇ ਓਏ ਹੋਏ ਡਾਕਟਰਾਂ ਨੇ ਜਵਾਬ ਦੇ ਦਿੱਤਾ ਓਏ ਮੇਰੇ ਕੋਲ ਲੈ ਕੇ ਆਏ ਨੇ ਫਿਰ ਮੈਂ ਵੀ ਜਵਾਬ ਦੇ ਦਿੱਤਾ ਹੁਣ ਜੀ ਮੈਂ ਕਿਹਾ ਜਵਾਬ ਮੈਂ ਕਿਹਾ ਆਪਣਾ ਸਿਸਟਰ ਜੀ ਮੇਰੀ ਹੋਏਗੀ ਉਹ ਤੇਰੀ ਹੋਏਗੀ ਤੇਰੀ ਹੋਏਗੀ ਸਾਲਿਆ ਬੜੇ ਪਹੁੰਚੇ ਹੋਏ ਡਾਕਟਰ ਨੇ ਸਾਡੇ ਦਵਾ ਲੈ ਲਈ ਹੈ ਨਾ ਹਾਂਜੀ ਤੇ ਦਫਾ ਹੋਏ ਤੇ ਕੰਮ ਵੀ ਲੈਣੀ ਨਾ ਚੱਲ ਦਫਾ ਚੱਲ ਦਫਾ ਵੀ ਲੈਣੀ ਅੱਛਾ ਮੈਂ ਕਿਹਾ ਮੈਡਮ ਸਾਰੇ ਕੰਮ ਕਰ ਲਏ ਨੇ ਬਿਲਕੁਲ ਇਹ ਮਰੀਜ਼ ਤੁਹਾਡੀ ਬੜੀ ਸ਼ਿਕਾਇਤ ਕਰਦੇ ਨੇ ਕਿ ਇਹ ਸੁੱਤੇ ਤੁਸੀਂ ਸੁੱਤੇ ਮਰੀਜ਼ ਦਾ ਕੇਲਾ ਖਾ ਜਾਂਦੇ ਹੋ ਹਾਂਜੀ ਮਰੂਦ ਕਿੰਨੇ ਖਾਣੇ ਨੇ ਹਾਂਜੀ ਬਾਕੀ ਫਲ ਵੀ ਤੇ ਹੁੰਦੇ ਨੇ ਨਾ ਭਾਜੀ ਉਹ ਇਹਦਾ ਇਹਦਾ ਕੰਮ ਹੈ ਕਿਦਾ ਇਹਦਾ ਅੱਛਾ 22 ਨੰਬਰ ਜਾ ਕੇ ਬੈੱਡ ਤੇ ਉਹਦੀ ਚਾਦਰ ਚੇਂਜ ਕਰ ਕਿਹੜੀ ਉਹ ਬਾਬੇ ਦੀ ਚਾਦਰ ਚੇਂਜ ਕਰ ਉਹ ਮੈਂ ਕਰਦੀ ਆਈ ਆ ਜਿਹੜੀ ਉਹਨੇ ਬੰਨੀ ਉਹ ਕਰ ਓਏ ਬੰਨੀ ਕਿੱਥੋਂ ਡਾਕਟਰ ਦੇਖੋ ਯਾਰ ਬਲੱਡ ਨਿਕਲ ਰਿਹਾ ਸ਼ੁਕਰ ਕਰ ਤੈਨੂੰ ਇੱਥੇ ਆਇਆ ਰੱਖਿਆ ਤੈਨੂੰ ਨਰਸ ਰੱਖਿਆ ਅੱਛਾ ਨਹੀਂ ਤੇ ਇਹੋ ਜਿਹੀਆਂ ਔਰਤਾਂ ਬਲੈਕ ਐਂਡ ਵਾਈਟ ਫਿਲਮਾਂ ਚ ਆਉਂਦੀਆਂ ਨੇ ਕੀ ਕਰਦੀਆਂ ਦੱਸ ਚੌਧਰੀ ਕਹਿੰਦਾ ਕਿ ਅੱਜ ਤੇਰੀ ਮੈਂ ਇੱਜ਼ਤ ਲੁੱਟ ਲਾਂਗਾ ਅੱਗੇ ਇਹੋ ਜਿਹੀ ਔਰਤ ਨੇ ਇਸੇ ਕੰਮ ਵਿੱਚ ਆਈ ਦਰਸਾ ਕੇ ਭਲਾ ਕੌਣ ਹੈ ਇਹ ਕੌਣ ਹੈ ਆਇਆ ਤੇ ਮੈਂ ਭਲਾ ਕੌਣ ਆ ਕੌਣ ਆਇਆ ਗਿਆ ਓਏ ਮੈਂ ਤੇਰੇ ਟੀਕਾ ਲਾ ਦੇਵਾਂਗਾ ਸਾਲਿਆ ਡਾਕਟਰ ਸਾਹਿਬ ਜੋ ਛੋਟਾ ਜਿਹਾ ਦੇ ਟੀਕੇ ਤੇਰੇ ਲਈ ਛੋਟਾ ਹੋਣਾ ਇਹ ਸਾਨੂੰ ਲੱਗੇ ਸਾਡੇ ਤੇ ਆਨੇ ਬਾਹਰ ਆ ਜਾਣੇ ਡਾਕਟਰ ਮੇਰਾ ਖਿਆਲ ਹੈ ਇੱਕ ਮਿੰਟ ਅਮਰੀਜ਼ ਦਾ ਫੋਨ ਆ ਗਿਆ ਹੈਲੋ ਬੰਦਾ ਸਫਾਈ ਨਾ ਕਰੇ ਯਾਰਾ ਦੋਸਤਾਂ ਤੁਹਾਨੂੰ ਪਤਾ ਨੀ ਵੱਡੇ ਡਾਕਟਰ ਸਾਹਿਬ ਦੇ ਆਉਂਦੇ ਡਾਕਟਰ ਸਮਝਾਓ ਇਹਨਾਂ ਨੂੰ ਡਾਕਟਰ ਸਾਹਿਬ ਦੇ ਕੁੱਤੀ ਹੋਏ ਪਏ ਨੇ ਫੁੱਲ ਲੋ ਐਸੇ ਪਰ ਹਾਲ ਡਾਕਟਰ ਸਾਹਿਬ ਜਿਵੇਂ ਹੁੰਦੇ ਨੇ ਨਾ ਆਪਰੇਸ਼ਨ ਅਸੀਂ ਚਾ ਆ 12 ਨੰਬਰ ਬੈੱਡ ਵਾਲੇ ਦਾ ਆਪਰੇਸ਼ਨ ਕੀਤਾ ਉਹਦੇ ਆਪਰੇਸ਼ਨ ਦੀ ਲੋੜ ਹੀ ਕੋਈ ਨਹੀਂ ਉਹਦਾ ਕੀ ਕੱਢਣਾ ਵੈਸੇ ਡਾਕਟਰ ਸਾਹਿਬ ਆਪਸ ਹੀ ਗੱਲ ਹੈ ਅੱਜ ਜਦੋਂ ਦੀ ਇੱਥੇ ਕੱਟਣੀ ਖਤਮ ਹੋਈ ਹੈ ਨਾ ਯਕੀਨ ਮੰਨੋ ਸਕੂਨ ਹੋ ਗਿਆ ਅੱਛਾ ਪਿਛਾਂ ਨਾਲ ਕੱਟਣੀ ਖਤਮ ਕਰਕੇ ਹਸਪਤਾਲ ਬਣਾਤਾ ਇੱਥੇ ਮੁਸਲਮ ਕਿਸਮ ਦੇ ਮਰੀਜ਼ ਹੁੰਦੇ ਨੇ ਲੋਕਾਂ ਦਾ ਇਲਾਜ ਹੁੰਦਾ ਪਰੇਸ਼ਾਨੀਆਂ ਮੁੱਕ ਗਈਆਂ ਨਹੀਂ ਤੇ ਇੰਨਾ ਬਗਲ
ਜਿਥੋਂ ਨਿਕਲੇ ਜਿਥੋਂ ਨਿਕਲੇ
शर्म करो की फड़े चेक करो डॉक्टर साहब पहला मरीज आया कि जहर का टीका ही ना लाना पै जाए हालात तो नहीं रहे डॉक्टर साहब तुम्हें दसा बीमारी बड़ी सख्त है दसो दसो आर्डर लाओ मैं सुता हूं वा ना तो स्वेलिंग हो जाती महसूस होता है नींद च हाथ लगता स्वेलिंग हो गई हो गई कैसे पागल हो तुम नींद के हाथ रख के सोया करो कभी नहीं स्वेलिंग होगी तुम गल समझ नहीं रहे देखो इतने हाथ लगा थोड़ा थले सुबह की खादा सी सुबह मैं फीम खादी सी जी चपेट मेरे मारी के अपने तेरे मैं मारी होंगी तेरा नशा लाथ जाता मैं कितों देना बहरहाल डॉक्टर साहब तुम डॉक्टर हो ना दवाई दें दो सिगरटा की देना पैरासिटामोल और ये शेर और तलवार ये सब गोलियां हमारे पास है अच्छा वो दवाई नहीं ठीक है ठीक अच्छा डॉक्टर साहब मसला की है मसला है वे के मेरे ना जायका चला गया है मुंह का जायका हाँ जी जो भी खाते हो मैं चिकन खा ला मटन खा ला या गुरबत च दाल खा ला फिर भी मेनु जायका कोई नहीं आ रहा ऐसी कादल ही बैठे थे अच्छा जी हाँ देखो तेरा 12 नंबर बोतल पियो इतना जायका ठीक हो जाएगा उस टाइम तेरा खाना खराब ये तो मिट्टी का तेल है मुबारक होवे खैर उमर मुंह दा जायका वापस आ गया कैसा असि तो झटपट काम लाईदा है अच्छा होर की बीमारी है तुसी कौन हो मैं डॉक्टर शक्लों ते प्लंबर लग रहे की मतलब तुसी वाकई डॉक्टर हां ए सीएनजी पंप नहीं ओए हॉस्पिटल है मरे सीएनजी पंप तेरी कित टैंकी फटे ਨਸਲ ਦਿਆ ਸਾਲੇ ਉਹਨੇ ਕਿਹੜਾ ਹੱਥ 'ਚ ਅੰਗੂਰ ਫੜੇ ਹੀ ਤੇ ਹਸਪਤਾਲ ਲੈਣਾ ਜੀ ਜੀ ਤੁਸੀਂ ਇੱਥੇ ਜਮਾਦਾਰ ਹੋ ਡਾਕਟਰ ਡਾਕਟਰ ਨਹੀਂ 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 ਮੈਂ ਤੇਰੀ ਭੈਣ ਨੂੰ ਗੱਦਾ ਕੰਮ ਕਰਨਾ ਨਹੀਂ ਨਹੀਂ ਹਾਂ ਸ਼ਰਮ ਨਹੀਂ ਆਉਂਦੀ ਚਲੋ ਰੁਕ ਲੱਗਦਾ ਇਹਨੇ ਮਕਾਨ ਵੇਚਣਾ ਸੈਂਪਲ ਲੈ ਕੇ ਫਿਰ ਰਿਹਾ चलो चलो इन्हें मारो भाई मैं अपना मुंडा लाई मैं थे तेन मुंडा दे के भेजा गे कोई पता नहीं जोड़ा भी आ जाए वो अल्लाह ने देता आ ते मिल गए ਪਤਾ ਨਹੀਂ ਬਦੀਜ ਗਏ
ਮਿਲੇਗਾ। ਆਹੋ ਵੈਸੇ ਲੱਗਦਾ ਹੈ ਜੀ ਅਸੀਂ ਜੁਮਾ ਪੜਨਾ ਹੈ।
ਇਹ ਵੀ ਕੇਸ ਦੇ ਕੰਮ ਆਏ ਨੇ ਨਾ ਤੇ ਅੱਖਾਂ ਚ ਕੈਮਰੇ ਫਿਕਸ ਕਰਾਏ ਹੋਏ ਨੇ ਜਦੋਂ ਤੁਸੀਂ ਹਲਕਾ ਜਿਹਾ ਇੰਜ ਕਰਦੇ ਉਹਨੇ ਕਹਿੰਦਾ ਕੜੇ ਪਹਿਲੀ ਵਾਲ ਚੁੱਕੇ ਹੁੰਦੇ ਨੇ ਉਹ ਸੜਕ ਤੇ ਚੜ ਕੇ ਬੀਲਿੰਗ ਕਰਦੇ ਨੇ ਇਹਨਾਂ ਦੋਵਾਂ ਕੋਲੋਂ ਬਚ ਜਾ ਬੜੇ ਠਰਕੀ ਨੇ ਇਹ ਤੇ ਘਰ ਹੁਣ ਇਹਨਾਂ ਦੀ ਅੰਮੀ ਤੱਪੜੀ ਨਹੀਂ ਮਾਰਦੀ ਸਮਝਿਆ ਕਰ ਗੱਲ ਨੂੰ ਹੁਣ ਮੈਂ ਸਾਰਾ ਕੁਝ ਸਹੀ ਗੱਲ ਇਹ ਏਡੀ ਅੰਮੀ ਨੇ ਜਦੋਂ ਤੱਪੜੀ ਫੇਰਨੀ ਹੋਵੇ ਬੁਲਾਉਂਦੀ ਆ ਆ ਜਾਓ ਜ਼ਰਾ ਥੋੜੀ ਜਿਹੀ ਲੋਸ਼ੇ ਕਰ ਲਓ ਆ ਜਾਓ ਡਿੱਗੀ ਦੇ ਚੱਕਰ ਚ ਮੇਰੇ ਵੈਸਪੇ ਤੇ ਨਾ ਚੜੋ ਤੁਹਾਡੇ ਬੰਪਰ ਨਾਲ ਜੁੱਤੀ ਨਾ ਬੰਨੀ ਜਾਏ ਮੇਰਾ ਖਿਆਲ ਹੈ ਇਸ ਐਕਸੀਡੈਂਟ 'ਚ ਨਾ ਤੇਰਾ ਮੇਰਾ ਇੱਕ ਚਲਾਨ ਹੋ ਜਾਣਾ ਸਾਡਾ ਵੀ ਸ਼ੇਰ ਪੁਆਲਾ ਚਲਾਨ ਸਸਤਾ ਕੱਟਿਆ ਜਾਏ ਮੈਡਮ ਇਧਰ ਆਓ ਜਰਾ ਓਏ ਉਹ ਮੇਰਾ ਤਰਫ ਦਾ ਖੁੱਜੀ ਜਾ ਹਾਂ ਹਾਂ ਓਏ ਇਹਦਾ ਤਰਫ ਕਰਾ ਦੋ ਇਹਦੀ ਜਿਹੜੀ ਛੋਟੀ ਭੈਣ ਨੱਸ ਗਈ ਹੈ ਇਹ ਹੈ ਫਖਰੇ ਪਠਵਾਰ ਓਹੋ ਫਖਰੇ ਪਠਵਾਰ ਮਿੱਕੀ ਸਿਆਣੇ ਅੱਛਾ ਅੱਛਾ ਅਮੀਤ ਬਾਬਰ ਦਾ ਬੇਟਾ ਅਮੀਤ ਬਾਬਰ ਦਾ ਪੁੱਤਰ ਰਖਸਾਨਾ ਨੱਚੀ ਦੇ ਵਿੱਚ ਉਹ ਬੜਾ ਵੱਡਾ ਪਾਪਿਆ ਫੁਲਕਾ ਓਏ ਮਾੜੇ ਪਾਪੇ ਕੀ ਹਾਲ ਹੈ ਯਾਰ ਕੀ ਹਾਲ ਹੈ ਬਾਬਾ ਯਾਰ ਤੁਸੀਂ ਬੜੀ ਬੜੀ ਹੈ ਓ ਠੀਕ ਠਾਕ ਹੈ ਤੇ ਬਾਈ ਚੁੱਪ ਤੱਕਿਆ ਨਹੀਂ ਤੱਕਿਆ ਕਿਉਂ ਮਾੜੇ ਪੁੱਤਰ ਬਸ ਓਏ ਆਖਰ ਵੀ ਕਿਸੇ ਦੀ ਔਲਾਦ ਹੈ ਯਾਰ ਇਹਦੇ ਮਾਂ ਪਿਓ ਨੂੰ ਪੁੱਛੂ ਨਾ ਅਸਤੇ ਕਿੱਦਾਂ ਹੀਰ ਵੀਰਾਂ ਦਾ ਦੇ ਅਸਤੇ ਚੋਨਾ ਪੁੱਤਰ ਮਾਂ ਦਾ ਦੁੱਧ ਪੀਏ ਕਾ ਦਾ ਕੁੱਤਾ ਕਿਸੇ ਥਾਂ ਦਾ ਵੈਸੇ ਮਹਿਸੂਸ ਹੁੰਦਾ ਅੱਛਾ ਮੇਰੀ ਗੱਲ ਸੁਣੋ ਜੀ ਜੀ ਮੇਰਾ ਦਿਲ ਪਤਾ ਕੀ ਕਰ ਰਿਹਾ ਮੈਂ ਨਹਿਰ ਤੇ ਜਾਵਾਂ ਤੇ ਚੱਲਨੇ ਬਾਦਸ਼ਾਹ ਤੇ ਚਲੋ ਮੇਰੀ ਭੈਣ ਪਾਗਲ ਮੈਂ ਤੇ ਫਾਇਦੇ ਤੂੰ ਚੁੱਕਿਆ ਨਸ਼ਈ ਆਦਮੀ ਨਸ਼ਾ ਲੱਥ ਜਾਣਾ ਜਦੋਂ ਤੁਸੀਂ ਲੱਤਾਂ ਚ ਦੁਹਾਣਾ ਫਸਾਓਗੇ ਨਾ ਮੈਂ ਵੇਖ ਕੇ ਵਾਪਸ ਆ ਜਾਵਾਂਗਾ ਅੱਛਾ ਮੈਨੂੰ ਇਹ ਦੱਸੋ ਸੁਬਹ ਤੁਸੀਂ ਖਾਧਾ ਕੀ ਹੈ ਖਾਲੀ ਪੇਟ ਜੀ ਤੂੰ ਬਹਿ ਜਾ ਬੱਚਿਆਂ ਦੇ ਪੈਂਪਰ ਖਾ ਗਿਆ ਚਾਹ ਅੱਛਾ ਕੀ ਕਹਿੰਦੇ ਬੜੀ ਅੱਛੀ ਦਵਾਈ ਸੀ ਮਾਸ਼ਾਅੱਲਾ 17 ਸਾਲਾਂ ਦੀ ਆਇਆ ਸੀ ਨਾ ਇੱਥੇ ਆ ਦਵਾਈ ਦੀ ਗੱਲ ਹੋ ਰਹੀ ਹੈ ਹੈਲੋ ਹਾਂਜੀ ਤੂੰ ਪਹਿਲਾਂ ਰੱਖਣ ਕਿਉਂ ਦਿੱਤਾ ਸੀ ਤਸ਼ਰੀਫ ਰੱਖੇ ਤੇ ਸੁਬਹਾ ਕੀ ਤੁਸੀਂ ਖਾਧਾ ਖਾਲੀ ਪੇਟ ਜੀ ਆ ਗਈ ਹੋ ਨਾ ਹੁਣ ਖਾਲੀ ਪੇਟ ਨਹੀਂ ਰਹੋਗੇ ਕਿਉਂ ਤੁਹਾਨੂੰ ਖਵਾਵਾਂਗੇ ਜ਼ਿੰਗਰ ਸ਼ਵਾਰਮਾ ਕਿੰਨੀ ਦੇਰ ਹੋ ਗਈ ਤੁਹਾਨੂੰ ਲੋਰ ਰਹਿੰਦੇ ਆ ਕਾਫੀ ਦੇਰ ਬੜੀ ਗੱਲ ਹੈ ਲੋਰੀਏ ਤੇ ਕਿਸੇ ਨੂੰ ਖਾਲੀ ਪੇਟ ਰਹਿਣ ਨਹੀਂ ਦਿੰਦੇ ਵੈਸੇ ਹਾਂ ਮੈਨੂੰ ਵੀ ਇਹੀ ਲੱਗ ਰਿਹਾ ਉਹ ਤਾਂ ਸੋਚ ਰਿਹਾ ਭਾਈ ਸਿੰਟਾ ਨਹੀਂ ਡੱਬੀ ਸਾਲਿਆ ਸਾਰੇ ਜਾਣਦੇ ਆ ਤੈਨੂੰ ਪਤਾ ਨਹੀਂ ਕੌਣ ਕਹਿ ਰਿਹਾ ਮੇਰੇ ਨੱਕ 'ਚ ਖਾਰਿਸ਼ ਹੋ ਰਹੀ ਹੈ ਅੱਛਾ ਜੀ ਇੱਧਰ ਹਾਸੀਆਂ ਖੇਡੀਆਂ ਜਾਂਦੀ ਉੱਤੇ ਦੇਖੋ ਅੱਛਾ ਕੀ ਮਸਲਾ ਕੀ ਬਣਿਆ ਤੁਹਾਨੂੰ ਦਵਾਈ ਖਾਣ ਦੀ ਦਵਾਈ ਖਾਣ ਤੋਂ ਬਾਅਦ ਅਜੀਬ ਅਜੀਬ ਸ਼ੌਕ ਨੇ ਕਿ ਮਨੋਰੰਜਨ ਹੋਵੇ ਕੋਈ ਸਾਡਾ ਵੀ ਇਹੋ ਹੀ ਸੇ ਨੇ ਡਾਕਟਰ ਮੈਂ ਜੀ ਜੀ ਡਾਕਟਰ ਸਾਹਿਬ ਰਾਤੀ ਹਕੀਮ ਕੋ ਆਪਣੀ ਦਵਾਈ ਲੈਣ ਗਿਆ
ਮੇਰੀ ਦਵਾਈ ਖਾ ਕੇ ਮੇਰੀ ਬੰਦਿਆਂ ਦੀ ਤਬੀਅਤ ਹੋ ਗਈ। ਅੱਛਾ ਅੱਛਾ, ਤੁਹਾਡਾ ਦਿਲ ਕਰਦਾ ਹੈਗਾ ਗਲੀ 'ਚ ਰਕਸ਼ਾ ਧੋਵਾਂ? ਹਾਂਜੀ, ਐਵੇਂ ਦਿਲ ਕਰ, ਤੁਹਾਡਾ ਦਿਲ ਕਰਦਾ ਹੋਏਗਾ ਹਮਾਮ ਤੇ ਜਾ ਕੇ ਤੋ, ਚੱਲ ਵੀ ਛੇਤੀ ਛੇਤੀ ਆ ਜਾ ਫਿਰ ਮੈਂ ਜਾਣਾ ਵੀ ਹੈ। ਸ਼ਰਮ ਕਰੋ, ਇੱਜ਼ਤ ਕਰੋ, ਕਿਸੇ ਦੀ ਧੀ ਕਿਸੇ ਦੀ ਭੈਣ ਹੈ ਉਹਨਾਂ ਦੀ ਵਜ੍ਹਾ ਤੋਂ ਨਹੀਂ, ਚਲੋ ਜਿਹਦੀ ਮਸ਼ੂਕ ਹੈ ਉਹਦੇ ਮੂੰਹ ਨੂੰ ਕਰ ਦੋ। ਕਿਹਦੀ ਮਸ਼ੂਕ ਹੈ? ਬੁਲਾਓ ਬੁਲਾਓ। ਅੱਛਾ ਤੇਰੀ ਮਰਿਆ ਪਿਆ ਆਈ ਪੇਂਡੂ ਆ, ਅਸੀਂ ਤੇ ਖੁਸਰੇ ਪਿੱਛੇ ਮਕਾਨ ਵੇਚ ਦਿੰਦੇ ਹਾਂ। ਨਹੀਂ ਤੇ ਡਾਕਟਰ ਸਾਹਿਬ ਦੱਸੋ, ਤੁਹਾਡੇ ਪਿੱਛੇ ਮੇਰੇ ਅੱਬੇ ਨੇ ਡੇਰਾ ਨਹੀਂ ਵੇਚਿਆ? ਮੇਰੇ ਪਿੱਛੇ ਤਾਂ ਕਬਰਸਤਾਨ ਸੀ, ਕੀ ਵੇਚਿਆ? ਉੱਥੇ ਲੈ ਕੇ ਜਾਂਦੇ ਸੀ, ਕਮਰੇ 'ਚ ਤੇ ਰੇਟ ਪੈ ਜਾਂਦਾ। ਅੱਛਾ ਖੜੇ ਹੋ ਜਾਓ, ਫਿਰ ਬੈਠੇ ਬੇਟਾ। ਇਹਨੂੰ ਜਾ ਕੇ ਨਾ ਕਰੰਟ ਵਾਲੇ ਬੈਡ ਤੇ ਪਾ ਕੇ ਹੱਥ ਖੜੀਆਂ ਲਾ ਦੇ। ਚਲੋ ਚਲੋ ਆਪਣੇ ਬੈਡ ਤੇ ਚੱਲ, ਇਹਨਾਂ ਨੂੰ ਭੇਜਣਾ। ਡਰਾਮਾ ਚੋਰੀ ਕਰਦਾ ਪਿਆ ਬਾਜੀ, ਲਿਖ ਕੇ ਦੇ ਰਹੇ ਹੋ? ਮੈਨੂੰ ਤੇ ਠੰਡ ਲੱਗ ਰਹੀ ਹੈ। ਇਹ ਚਾਰ ਸਵੈਟਰ ਮੈਂ ਲਿਖਤੇ ਨੇ, ਦੋ ਹਾਫਾਂ ਦੂ ਤੇ ਦੋ ਫੁੱਲ, ਤੇ ਐਵੇਂ ਇੰਨਾ ਖਰਚਾ ਕਰਾਨ ਦੇ ਹੋ? ਚਸਤਰ ਜੀ ਆ ਜਾਓ, ਇਹ ਦੋ ਸਵੈਟਰ ਤੇਰਾ ਕੱਖ ਨਾ। ਡਾਕਟਰ ਸਾਹਿਬ ਮੈਂ ਜਾ ਰਹੀ ਹਾਂ। ਇਹ ਮੈਂ ਚਾਰ ਗੋਲੀਆਂ ਚਪਾਟੂ ਦੀਆਂ ਲਿਖਤੀਆਂ ਜਾਂਦੇ ਆ ਲੈ ਲਓ। ਇਹ ਚਪਾਟੂ ਕਿਹੜੀ ਦਵਾਈ? ਜਗੜ ਬੰਦ ਜਿਆ ਨਹੀਂ ਪੈਦਾ ਸਭਾ। ਇੱਧਰ ਆ ਜਰਾ, ਕਿੱਧਰ ਜਾ ਰਹੇ ਹੋ? ਮੈਂ ਜਾ ਰਹੀ ਹਾਂ ਮੇਲ। ਨਹੀਂ ਨਹੀਂ, ਤੁਸੀਂ ਸਮਝੇ ਨਹੀਂ ਗੱਲ ਨੂੰ, ਮੈਂ ਜਾ ਰਿਹਾ ਕਿ ਤੁਹਾਡੀ ਟ੍ਰੀਟਮੈਂਟ ਔਰ ਤੁਹਾਡਾ ਇਲਾਜ ਜਿਹੜਾ ਮੈਂ ਘਰ ਆਣ ਕੇ ਕਰਾਂ। ਅੱਛਾ, ਬਾਕੀ ਤੁਹਾਡੇ ਖਾਵਾਂ ਕਿੰਨੇ ਵਜੇ ਆਉਂਦੇ ਨੇ? ਕਿੰਨੇ ਵਜੇ? ਚਲੋ ਟਾਈਮ ਕੀ ਹੋ ਗਿਆ ਜੇ ਖਾਵਾਂ ਸ਼ਾਦੀ ਨਹੀਂ ਹੋਈ? ਅੱਛਾ ਅੱਛਾ, ਫਿਰ ਮੈਂ ਜ਼ਰੂਰ ਆਵਾਂਗਾ। ਅੱਛਾ ਗੱਲ ਹੈ, ਡਾਕਟਰ ਸਾਹਿਬ ਕੀ ਗੱਲ, ਤੁਹਾਨੂੰ ਤਬੀਅਤ ਸੈੱਟ ਹੈ? ਨਹੀਂ ਨਹੀਂ ਨਹੀਂ, ਮੈਂ ਤੁਹਾਨੂੰ ਸਹੀ ਕਹਿ ਰਿਹਾ। ਕੀ ਕਹਿ? ਮੈਂ ਤੁਹਾਨੂੰ ਕਿ ਕੀ ਗੱਲ ਹੈ? ਲੈਟਾਂ 'ਚ ਵੱਟੇ ਮਾਰੋ, ਮੈਂ ਤਾਂ ਸਾਰੀ ਜ਼ਿੰਦਗੀ ਚੀਰ ਪਾਣੀ ਵੇਖੀ। ਆਪਣੇ ਸਮੀਰ ਤੇ ਕਾਬੂ ਕਰੋ, ਡਾਕਟਰ ਉਹਨੇ ਹੋ ਰਹੇ, ਹੋਰ ਕਿਹੜੀ ਗੱਲ ਕਰਨੀ? ਜਰਾ ਡਾਕਟਰ ਸਾਹਿਬ, ਤੁਸੀਂ ਇਲਾਜ ਬਿਹਤਰ ਕਰੋਗੇ? ਚਲੋ ਠੀਕ, ਓਏ ਇਹਨਾਂ ਨੂੰ 12 ਨੰਬਰ ਬੈੱਡ ਤੇ ਲੈ ਜਾ। ਤੇ ਤੁਸੀਂ ਕਿੰਨੇ ਵਜੇ ਆਓਗੇ? ਮੈਂ ਫਾਰਗ ਹੋ ਕੇ ਆ ਰਿਹਾ। ਓਏ ਦੇਖ ਲਓ, ਇਹਦਾ ਕੀ ਫਾਇਦਾ? ਹੈ ਇੱਥੋਂ ਹੋ ਕੇ ਹੁਣ ਇੱਕ ਨੰਬਰ ਮਿਲਾ। ਅੱਛਾ ਜੀ, 0300 0300 4500 ਇਹ ਕਿਹੜਾ ਨੰਬਰ ਹੈ? 37 5 ਹਲੋ 37 5 ਅੱਗੇ ਲਿਖ 225 ਅੱਗੇ ਉਹ 22 5 29 ਦੇ ਆ। ਇਹ ਕਿਹੋ ਜਿਹਾ ਨੰਬਰ ਹੈ? ਐਂਡ ਤੇ ਦੱਸੋ ਜੀ 6 ਵਾਹ, ਸਾਰਾ ਨੰਬਰ ਔਰਤੀਆਂ ਦਾ ਐਂਡ 6 2 ਉਹ ਮੈਂ ਤੈਨੂੰ ਇਸ ਲਈ ਦੱਸਿਆ, ਮੈਨੂੰ ਅਨਪੜ੍ਹ ਨਾ ਸਮਝੇ ਤੂੰ ਪਾਗਲਾ। ਡਾਕਟਰ ਸਾਹਿਬ ਜੀ ਜੀ, ਲਾਨਤ ਐਸੇ ਹਸਪਤਾਲ ਤੇ ਗਰਮ ਪਾਣੀ ਤੇ ਆ ਹੀ ਨਹੀਂ ਰਿਹਾ। ਵਾਹ, ਮੈਂ ਸਿਰਫ ਲੇਕੇ ਕੇ ਪਾਣੀ ਪਾਇਆ, ਮੇਰਾ ਸਾਰਾ ਨਸ਼ਾ ਲੱਥ ਗਿਆ। ਦੇਖ ਗਰਮ ਪਾਣੀ ਤੂੰ ਆਂਡੇ ਠੰਡੇ ਗਰਮ ਕਰਨੇ ਦੇ, ਦੱਸ ਮੈਨੂੰ ਕੀ ਹੈ? ਤੂੰ ਪਾਣੀ ਤੇਰਾ ਨੀਮ ਗਰਮ ਹੋਵੇ, ਹਸਪੀਟਲ ਇਹ ਬੰਦਾ ਤੁਹਾਡੇ ਜ਼ਖਮ ਹੀ ਧੋ ਦਿੰਦਾ ਟਾਈਮ ਕੱਢ ਕੇ। ਤੈਨੂੰ ਕਿੰਨੇ ਕਿਹਾ ਇੱਥੇ ਤੇਰਾ ਸਾਲੇ ਹਾਰ ਰਹਿੰਦਾ ਜਿਹਦੇ ਹਾਲ ਤੂੰ ਆਇਆ? ਮੈਂ ਕਿਸੇ ਔਂਤਰੀ ਮਾਂ ਦੇ ਉਹ ਇਹਨੂੰ ਲਾ ਕਿਤੇ ਜ਼ਹਿਰ ਦਾ ਟੀਕਾ, ਤੈਨੂੰ ਟੀਕਾ ਲਾਉਣਾ ਨਹੀਂ ਆਉਂਦਾ? ਇੱਥੇ ਰਹਿ, ਮੈਂ ਤੈਨੂੰ ਲਾ ਕੇ ਵਿਖਾਉਣਾ, ਉਧਰ ਨੂੰ ਕਰਦਾ ਰਹਿ। ਕਿਸੇ ਔਂਤਰੀ ਦੇ ਇਹੋ ਜਿਹੇ ਮਰੀਜ਼ ਨੂੰ ਤੇ ਫੌਰੀ ਕਹਿ ਦਿੰਦਾ ਹੁੰਦਾ ਸੌਰੀ ਜਵਾਬ ਆ ਯਾਰ ਤੈਨੂੰ ਟੀਕਾ ਹੀ ਲੱਗੇ ਡਾਕਟਰ ਸਾਹਿਬ ਲਿਆ ਨਹੀਂ। ਸੁਣੋ, ਤੁਸੀਂ ਇਹਨਾਂ ਨੂੰ ਟੀਕਾ ਲੈਣਾ ਸੀ ਨਾ, ਇਹਦਾ ਮਤਲਬ ਹੈ ਤੁਹਾਨੂੰ ਟੀਕਾ ਲਾਉਣਾ ਆਉਂਦਾ ਹੈ, ਇੰਨਾ ਹੀ ਕੰਮ ਹੈ 2 ਮਿੰਟ ਆਣਾ। ਜਾਓ ਹੁਣ, ਤੁਹਾਡੀ ਕਿਸਮਤ ਲਾਣਾ ਹੀ ਲਵਾ ਹੋ ਲੈ ਸੂਈਆ ਦਾ ਕੱਢ ਲਿਆ। ਅੱਲਾ ਹਾਫਿਜ਼। ਆ ਮੈਂ ਕਿਹਾ ਅਸਲੀ ਕੱਢਾਂ, ਤੂੰ ਅੱਜ ਤਾਂ ਜਾਣਾ ਨਹੀਂ ਸਾਲੇ। ਜਿਹੋ ਜੀ ਸੂਈ ਹੈ, ਮੈਂ ਤਾਂ ਨਸ਼ਈ ਹਾਂ, ਮੈਨੂੰ ਤਾਂ ਤਲਵਾਰ ਤੋਂ ਭੈੜੀ ਲੱਗਣੀ ਹੈ। ਸਾਲੇ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਠੋਕ ਲੈਂਦੇ।
ਨਿਸ਼ਾਨੀਆਂ ਨੇ ਉਸ ਬੱਚੀ ਨੂੰ ਗੱਡੀ ਚੋਂ ਕੱਢ ਕੇ ਤੇ ਰਕਸ਼ੇ ਚ ਪਾ ਲਿਆ। ਫੇਰ ਉਹਦਾ ਭਰਾ ਕਹਿੰਦਾ ਫੇਰ ਵੱਡੇ ਦਾ ਅਦਬ ਕਰੋਗੇ ਤੇ ਤੁਹਾਡਾ ਹੋਏਗਾ, ਕਿਉਂਕਿ ਤੁਸੀਂ ਵੀ ਉਸ ਉਮਰ ਚ ਆਉਣਾ। ਅਸਲਾਮ ਮੈਡਮ, ਪਿਛਲੀ ਵਾਰੀ ਉਹਨਾਂ ਨੇ ਮੈਨੂੰ 30,000 ਦਾ ਟੀਕਾ ਲਾਇਆ ਸੀ। ਬਿਮਾਰੀ ਜੱਫੀ ਨਾਲ ਮੇਰੀ ਤਬੀਅਤ ਨੀ ਠੀਕ, ਦਫਾ ਮਾਰੋ ਪਰੇ, ਆਹੋ ਤੁਸੀਂ ਆਪਣੇ ਤੇ ਛੱਡ ਦਿਓ। ਕੀ ਬਕਵਾਸ ਹੈ, ਪਾਗਲ ਹੁੰਦੇ ਨੇ ਨਸ਼ੇ। ਕੀ ਬਕਵਾਸ ਕਰੇ, ਪਿੱਛੇ ਨੂੰ ਚੈੱਕ ਕਰਨੇ ਦਾ ਮੁਝੇ ਸਤਾ ਜਰੇ, ਮੈਂ ਚੌਂਸੇ ਚੂਪਣ ਡਿਆ, ਤੁਸੀਂ ਚੂਪ ਲਓ ਆ ਜਾਓ। ਚੈੱਕ ਕਰੋ ਬਦਤਮੀਜ਼ ਆਦਮੀ ਜੀ, ਕਦ ਖਾਈ ਸੀ ਆਪਨੇ? ਘੰਟਾ ਕੁ ਪਹਿਲੇ। ਤੋ ਅਸਰ ਵੀ ਹੋ ਗਿਆ। ਔਰ ਇਹਨੂੰ ਅਸਰ ਦੇ ਟਾਈਮ ਚੁੱਕਿਆ ਜਾਏਗਾ। ਨਸ਼ਾ ਸਿਗਰਟ ਮੇ ਹੋਤਾ ਤੋ ਨਾਚਤਾ ਫਿਲਟਰ। ਸਿਆਣੇ ਕਹਿੰਦੇ ਨੇ ਸਿਗਰਟ ਪੀਣ ਵਾਲਾ ਬੰਦਾ ਕਦੀ ਬੁੱਢਾ ਨਹੀਂ ਹੁੰਦਾ, ਜਵਾਨੀ ਚ ਹੀ ਮਰ ਜਾਂਦਾ, ਫੇਫੜੇ ਹੀ ਨਹੀਂ ਬਚਣੇ। ਦੇਖੋ ਡਾਕਟਰ ਸਾਹਿਬ, ਅਸਲ ਚ ਮੈਂ ਚਾਹੁੰਦਾ ਤੁਸੀਂ ਮੇਰਾ ਆਪਰੇਸ਼ਨ ਕਰੋ ਜੀ, ਤੇ ਦੋ ਕਸ਼ ਤੁਸੀਂ ਵੀ ਲਾ ਲਓ। ਪਾਣੀ ਦਾ ਗਲਾਸ ਪਿਆ ਭਾਜੀ, ਮੇਰੇ ਕੋਲ ਗਲਾਸ ਨੀ ਚੁੱਕਿਆ ਜਾਂਦਾ, ਰਾਨੂੰ ਗਾਡਰ ਚੁੱਕ ਕੇ ਦੌੜ ਪੈਂਦੇ। ਮੈਂ ਠੀਕ ਹਾਂ, ਤੁਸੀਂ ਬਲਕਿ ਇਹਨਾਂ ਨੂੰ ਦੱਸਦੇ ਫਿਰੋਗੇ ਕਿ ਠੀਕ ਹੈਗਾ ਜੀ। ਭਾਜੀ ਮੈਸੇਜ ਭੇਜ ਦਿਓ, ਮੈਨੂੰ ਨਹੀਂ ਸੁਣਿਆ ਜਾਂਦਾ, ਬੋਲੇ ਬੋਲਾ ਮੈਂ, ਉਹ ਗੋਲਾ ਨਹੀਂ ਭਾਜੀ, ਬੋਲਾ ਡੋਰਾ ਡੋਰਾ, ਉਹ ਰੋੜਾ ਨਹੀਂ, ਉਹ ਮੈਨੂੰ ਨਹੀਂ ਸੁਣਿਆ ਜਾਂਦਾ ਕੀ ਕਹਿਣ ਡਿਆ। ਸਲਾਮੁਅਲੈਕਮ ਜੀ, ਹੈਲੋ, ਅਜੇ ਆਏ ਹੀ ਆ, ਤੈਨੂੰ 500 ਕਿੱਥੋਂ ਦੇ ਦਾ, ਇਹ ਤਾਂ ਬੋਲ ਬਚਨ ਦੇ ਬਈ। ਡਾਕਟਰ ਕਿੱਥੇ? ਡਾਕਟਰ ਮੈਂ, ਡਾਕਟਰ ਜੀ ਮੈਂ, ਉਹ ਬੋਲਾ ਹੈਗਾ, ਇਹਨੂੰ ਜ਼ਰਾ ਇਸ਼ਾਰਿਆਂ ਨਾਲ ਦੱਸਣਾ ਪੈਣਾ। ਹੈਲੋ, ਕਸਮੇ ਸਾਰੀ ਜ਼ਿੰਦਗੀ ਨਹੀਂ ਇਹ ਕੰਮ ਕੀਤਾ, ਤੇਰਾ ਡਾਕਟਰ ਪਾਗਲ ਹੀ ਹੈ, ਜਿਹੜਾ ਤੈਨੂੰ ਕਹਿਣ ਡਿਆ ਉਹਨੂੰ ਤੂੰ ਹਾਮੀ ਨਹੀਂ ਭਰਨ ਡਿਆ। ਡਾਕਟਰ ਕਿੱਥੇ? ਡਾਕਟਰ ਮੈਂ ਡਾਕਟਰ ਹੂੰ, ਕੀ ਪ੍ਰੋਬਲਮ ਹੈ ਆਪਕੋ? ਹਾਂ ਇੱਕ ਮਿੰਟ ਮੈਂ ਚੈੱਕ ਕਰਦੀ ਹੂੰ। ਉਹਦੇ ਕੰਨਾਂ ਦਾ ਇਲਾਜ ਕਰੋ, ਦਿਲ ਦੇ ਚ ਜਗ੍ਹਾ ਬਣਾਉਣੀ ਉਹਦੀ, ਛੱਡ ਦਿਓ, ਕੰਨ ਖਰਾਬ ਨੇ ਉਹਦੇ। ਇੱਕ ਮਿੰਟ ਚੈੱਕ ਕਰ ਲੈਂਦੇ, ਸਾਹ ਲੈ, ਸਾਹ
ਆ ਰਹੀ ਸਮਝ ਮੈਨੂੰ ਆ ਰਹੀ ਕੁੱਤੀ ਨਸਲ ਦਾ ਆਸਾਨ ਲਫ਼ਜ਼ ਬੋਲੋ ਬੋਲੇ ਉਹਨੂੰ ਸਮਝ ਤੇ ਆਵੇ ਚਲੋ ਜਰਾ ਸਮਝਾਓ ਕੋਸ਼ਿਸ਼ ਕਰੋ ਤੁਸੀਂ ਤਾਂ ਇਹਨਾਂ ਨਾਲ ਆਪਣੀ ਜੋੜੀ ਬਣਾ ਲਓ ਹੈ ਜੋੜੀ ਚੱਲ ਇੱਧਰ ਮੈਂ ਰੰਗ ਕਰਨ ਲੱਗਾ ਘੋੜੀ ਬਣਾ ਲਾ ਉਹ ਭਾਈ ਗੰਜੇ ਦੱਤ ਇਹਦੇ ਨਾਲ ਮੂਨ ਲਾਈਟ ਵਾਲੀਆਂ ਗੱਲਾਂ ਕਰੋ ਸਮਝਾ ਰਹੇ ਛਾਪਰ ਚ ਪਾ ਦੇ ਹੋ ਸਾਸ ਲੋ ਦੇਖੋ ਅੱਛਾ ਅੱਛਾ ਮੁਬਾਰਕ ਹੋਏ ਨਾ ਕੀ ਰੱਖਣਾ ਮਰਿਆ ਕੌਣ ਨੇ ਉਹ ਭਾਈ ਤੈਨੂੰ ਅਸੀਂ ਵਾਲਾਂ ਤੋਂ ਵੀ ਨਹੀਂ ਫੜ ਸਕਦੇ ਇੱਧਰ ਆ ਜਾ ਡਾਕਟਰ ਕਿੱਥੇ ਡਾਕਟਰ ਸ਼ਾਦੀ ਕਰੋਗੇ ਬਲਾ ਮਾਹੌਲ ਵੀ
पेशेंट है और एक दो डॉक्टर हैं जो आपने देना है इमदाद दे देंगे। नहीं नहीं डॉक्टर जी मेरी बात सुने, मैं आपकी हेल्प के लिए आई हूँ। और ये हाथ में क्या है? ये चर्स है जी। तोबा तोबा, ये तो बीपी लो करती है, मैं आपको ब्लैक लेबल देती हूँ, हाई ऊपर करेगी। मैं लानत पाना बगैरती थी शराब ना लो इज्जत दी, चर्स बेहतर है मेरी जान। आप फकरा बहुत अच्छे। हाँ जी छोड़ दी, छोड़ दो ये काम, बूढ़े हैं। क्यों क्यों ये खाली क्यों रखते हो, भर के रखा करो। खाली नहीं गा, मेरे ताए दा मुंडा रहंदा। कैसा ऑन दो कमी बोल।
ਔਂਤਰੀ ਦਾ ਪਿੱਛੇ ਲੁਕੋ ਕੇ ਰੱਖਦਾ ਇੱਕ ਓਏ ਨਿਆ ਥੱਲੇ ਪੌਣੀ ਤੇ ਆਈ ਓਏ ਹੈ ਆਈ ਕਿੱਥੇ ਅੱਛਾ ਅੱਛਾ ਬਰੋਡ ਮਾਈਂਡਡ ਯੈਸ ਆਪ ਕੌਣ ਹੈ ਜੀ ਮੈਂ ਜੀ ਇਹ ਮੈਨੂੰ ਪਾਗਲ ਕਹੇ ਮੈਂ ਪਾਗਲ ਤੇ ਨਹੀਂ ਆ ਬੱਚੇ ਇਨਸਾਨ ਲੱਗੇ ਮੁੰਡੇ ਤੇਰੀ ਮੇਰੀ ਸ਼ਾਦੀ ਹੋ ਗਈ ਬੱਚੇ ਹੋਣਗੇ ਵਾਕਈ ਪਾਗਲ ਹੈ ਤੂੰ ਓਏ ਵੀ ਕਹਿੰਦੀ ਪਾਗਲ ਹੈ ਯਾਰ ਸਾਰੇ ਪਾਗਲ ਪਾਗਲ ਹਾਂ ਕੀ ਹੈ ਕੌਣ ਹੈ ਤੂੰ ਕੌਣ ਕੀ ਯੈਸ ਕੌਣ ਹੈ ਤੂੰ ਭੁੱਲ ਗਈ ਮੁੰਡੇ ਅਬ ਠੀਕ ਹੋ ਗਏ ਹੋ ਮੁੰਡੇ ਪਿਆਰ ਮੁਹੱਬਤ ਵੋ ਵਾਦੇ ਵੋ ਕਸਮੇ ਸਭ ਕੁਝ ਭੁੱਲ ਗਈ ਕੀ ਮਤਲਬ ਹੈ ਤੁਹਾਰਾ ਚੁੱਪ ਦੇਖਾ ਬਾਲੀ ਉਤਰ ਗਈ ਨਾ ਅਬ ਆ ਕੇ ਦੇਖੋ ਕਿਆ ਕਿਆ ਕੰਮ ਪੜਤਾ ਹੈ ਝੂਠ ਨਹੀਂ ਬੋਲਤੇ ਹੋਤੇ ਕਿਆ ਮਤਲਬ ਹੈ ਤੁਹਾਰਾ ਮੇਰੀ ਗਾਡੀ ਖਾ ਗਈ ਕੋਠੀ ਖਾ ਗਈ ਔਰ ਮੇਰੇ ਪਾਸ ਬਚਾ ਹੀ ਕਿਆ ਹੈ ਬੁਰਾ ਨਹੀਂ ਲੁਟਾਇਆ ਹੈ ਮੁਝੇ ਯਾਦ ਹੈ ਸਭ ਕੁਝ ਕਰ ਸ਼ੀਫੇ ਦੀ ਕੜਾਈ ਨਹੀਂ ਕੀਮਾ ਸ਼ੀਫੇ ਦੀ ਕੜਾਈ ਖਾਓ ਖਾਓ ਬੜੇ ਸਸਤੇ ਖੋਤੇ ਲੈਂਦਾ ਜੀ ਹੋ ਗਈ ਬਹੁਤ ਪਿਆਰ ਕਰਤੀ ਹੂੰ ਨਾ ਸੱਚੀ ਮੁਝੇ ਭੁੱਲ ਗਈ ਕਿਆ ਮਤਲਬ ਹੈ ਤੁਹਾਰਾ ਕਹਿਣੇ ਕਾ ਬਸ ਕਰ ਦੋ ਕਿਆ ਇਸ ਤਰ੍ਹਾਂ ਤੋਂ ਨਹੀਂ ਘਰ ਬਸਤੇ ਜਬ ਘਰ ਸੇ ਬਾਹਰ ਆਏ ਐਸੀ ਕਿਲਕਿਲ ਐਸੀ ਕਿਲਕਿਲ ਬਸ ਕਰ ਦੋ ਮੁਝੇ ਭੁੱਲ ਜਾਓ ਮੈਂ ਮੁਝੇ ਨਹੀਂ ਯਾਦ ਰੱਖੋ ਲੇਕਿਨ ਇਤਨਾ ਤੋ ਯਾਦ ਰੱਖੋ ਕਿਆ ਆਪਣੇ ਬੱਚੇ ਤੋਂ ਨਾ ਭੁੱਲੋ ਪਾਗਲ ਦੀ ਸ਼ਾਦੀ ਨਹੀਂ ਹੋਈ ਤੇ ਬੱਚੇ ਕਹਾਂ ਤੇ ਆਏ ਨੇ ਸ਼ਾਦੀ ਦਾ ਬੱਚੋ ਕੇ ਸਾਥ ਕਿਆ ਚੱਲੇ ਮੈਂ ਆਪੇ ਦੇ ਗਿਆ ਓ ਮੈਨੂੰ ਪਤਾ ਹੈ ਓ ਕਿਉਂ ਬੈਠ ਗਈ ਹੈ ਓ ਠਹਿਰੋ ਓ ਠਹਿਰੋ ਭਾਂਡ ਕਰੇ ਸ਼ਾਮ ਹੈ ਹਾਂਜੀ 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 ਯਾਰ ਪਤਾ ਨਹੀਂ ਮੈਂ ਫੋਨ ਵੀ ਨਹੀਂ ਮਿਲਾਇਆ ਮੇਰੇ ਸਾਲੇ ਦੀ ਆਵਾਜ਼ ਆਉਣ ਡਈ ਵਿੱਚ ਹੋਰ ਕਹਿ ਲਾ ਗੰਜਾ ਚਲੋ ਸਾਨੂੰ ਦੇ ਦਿੰਦਾ ਕਮ ਅਜ਼ ਕਮ ਤੇਰੀ ਗੱਲ ਦਾ ਜਵਾਬ ਤੇ ਦਿੰਦੇ ਜੀ ਜਨਾਬ ਅਸਲਾਮ ਅਲੈਕੁਮ ਇਹ ਕੰਨਾਂ ਦੇ ਹੱਥੋਂ ਬਹੁਤ ਦੁਖੀ ਹੈ ਜੀ ਆਪ ਕੌਣ ਹੈ ਜਨਾਬ ਕਿਹਦੀ ਧੌਣ ਕੀ ਹੈ ਅੱਲਾ ਕੀ ਲੱਗਾ ਵੇਖੀ ਜੀ ਮੇਰੇ ਪਾਸ ਨਹੀਂ ਇਹ ਕੌਣ ਹੈ ਤੁਸੀਂ ਆਪ ਪੁੱਛੋ ਲੱਗ ਪਤਾ ਜਾਏਗਾ ਪੁੱਛੋ ਜ਼ਰਾ ਜੀ ਆਪ ਕੌਣ ਹੈ ਅਜੇ ਹੁਣ ਆਇਆ ਮੈਂ ਅਏ ਬੈਰਾ ਲੱਗਣਾ ਤੁਹਾਨੂੰ ਹੈ ਬੈਰਾ ਹੈ ਬੈੜਾ ਤੈਨੂੰ ਬੈੜਾ ਦੀ ਛੰਡਿਆ ਡਾਕਟਰ ਸਾਹਿਬ ਹਾਂ ਜੀ ਉਹ ਡਾਕਟਰ ਦੀ ਹਾਂ ਜੀ ਉਹ ਮੇਰੀਆਂ ਅੱਖਾਂ ਦਾ ਪ੍ਰੈਸ਼ਰ ਰਹਿੰਦੇ ਉਹਦੇ ਕੰਨ ਠੀਕ ਕਰ ਦਿਓ ਜੀ ਕੌਣ ਹੈ ਆਪ ਕੌਣ ਹੈ ਉਹ ਵੀਰ ਉਹ ਭਾਈ ਕੀ ਹੈ ਕੀ ਹੈ ਇਹ ਚੀਕਾਂ ਵੱਜ ਰਹੀਆਂ ਮੈਨੂੰ ਦੱਸੀ ਜਾਣਾ ਹੋ ਕੀ ਰਿਹਾ ਜੀ ਉਹ ਕੁਛ ਨਹੀਂ ਕੇਸਿੰਗ ਚੇਂਜ ਹੋ ਰਹੀ ਹੈ ਉਹਦੇ ਕੰਨ ਠੀਕ ਕਰ ਤੀਸਰੇ ਚ ਪਾ ਡਰੈਸਟ ਤੀਜੇ ਚ ਪਵਾ ਰਿਹਾ ਭਾਵੇਂ ਕਲਚ ਪਲੇਟਾਂ ਉੱਡ ਜਾਣ ਓ ਯਾਰ ਪੇਸ਼ੈਂਟ ਬੰਦਾ ਗੱਲਾਂ ਬਾਤਾਂ ਕਰੋ ਸਾਰੇ ਚੁੱਪ ਹੀ ਕਰ ਗਏ ਹੋ ਕੀ ਕੌਣ ਹੈ ਜਨਾਬ ਇਹਨੂੰ ਕੌਣ ਹੈ ਜੀ ਆਪ ਹੈ ਨਾ ਕਰ ਸ਼ੀਸ਼ੇ ਤੋੜ ਨਹੀਂ ਹੈ ਇਹਨੇ ਚੁੰਗਲ ਮਾਰ ਰਿਹਾ ਯਾਰ ਦੇਖ ਲਓ ਤੁਹਾਨੂੰ ਕਿੱਥੇ ਬਦਲਾ ਲੈਣਾ ਪੈ ਰਿਹਾ ਗੱਲ ਸੁਣੋ ਤੁਸੀਂ ਸਿੱਧੀ ਤਰ੍ਹਾਂ ਇਹਨਾਂ ਨੂੰ ਕੋਈ ਦਵਾਈ ਨਹੀਂ ਮੈਂ ਲੈਣੀ ਕਹੋ ਮੇਰਾ ਸਿਰ ਮੁੰਨ ਦਿਓ ਪੈਸਾ ਬਗੈਰ ਤੇ ਉਹਨੇ ਅੱਗੋਂ ਕੁਛ ਹੋਰ ਕਹਿ ਦੇਣਾ ਉਹ ਰਸ਼ ਹੈਗਾ ਹੀ ਚੌਥੇ ਚ ਕਰ ਲਾ ਜੀ ਦੇਖੇ ਮੇਰੀ ਬਾਤ ਸੁਣੇ ਆਪ ਕਹਤੇ ਲੋਗੇ ਮੈਂ ਇਮਦਾਦ ਦੇਣੀ ਆਈ ਹੂੰ 1 ਕਰੋੜ ਰੁਪਿਆ ਦੇਣਾ ਮੈਨੇ ਆਪ ਯਾਰ ਇਹ ਖੁਸ਼ਬੂ ਆ ਰਹੀ ਹੈ ਨੇ ਹਾਂਜੀ ਇਹ ਕਿੱਥੋਂ ਮੈਨੂੰ ਏਡੀ ਸੋਹਣੀ ਹਾ ਹਾ ਉਹ ਮੈਂ ਓਏ ਥੋੜੀ ਥੋੜੀ ਅੱਖ ਠੀਕ ਓਏ ਅੱਖਾਂ ਠੀਕ ਹੋਈ ਜਾਈਆਂ ਓਏ ਇਹ ਮੈਨੂੰ ਇਹ ਮੈਡੀਸਨ ਸਹੀ ਰਾਸ ਆਈ ਹੈ ਹਾਂ ਬਿਲਕੁਲ ਰਾਸ ਆਈ ਹੈ ਇਹ ਸੱਤ ਭਰਾ ਨੇ ਵਿਚਾਰੇ ਇਹਨੇ ਅੱਛਾ ਮੈਂ ਕਹਿੰਦਾ ਤੁਹਾਨੂੰ ਸੌਣ ਲੱਗਿਆ ਮੁਸ਼ਕਲ ਤੇ ਨਹੀਂ ਹੁੰਦੀ ਫੇਰ ਕਹਿੰਦਾ ਨੇਰਾਂ ਦੇ ਪਹਿਲੋਂ ਹੀ ਜਾਂਦਾ ਹਸੀ ਤੇ ਮੂੰਹ ਹੀ ਬੰਦ ਕਰ ਲਾ ਕਿਹੜਾ ਕਿਹੜਾ ਓਏ ਨੇ ਨੇ ਨੀ ਬਾਤ ਹੈ ਜੋ ਮੁਸਤਫਾ ਕਮਾਲ ਸਾਹਿਬ ਮੈਂ ਤੇ ਖਾਣਾ ਚ ਆਇਆ ਕੁਛ ਤੇ ਬਰਦਾਸ਼ਤ ਕਰੋ ਇੱਧਰ ਆ ਜਾਓ ਇੱਧਰ ਕਾਗ ਨਾ ਕਰੇਗਾ ਮੇਰੇ ਨਾਲ ਚੌਕੀ ਲੈਣ ਜੀ ਪਠਾਨ ਬੈਠਾ ਇੱਧਰ ਆ ਜਾਓ ਕੀ ਕਹਿੰਦਾ ਕਹਿੰਦਾ ਕੁਛ ਨਹੀਂ ਪਠਾਨ ਉਹਨੇ ਕੰਨ ਫੜਾ ਕੇ ਇੰਨਾ ਹੀ ਕਹਿਣਾ ਅੱਜ ਤੇਰੀਆਂ ਵਾਕੀਆਂ ਪਾਉਂਦੇ ਆਵਾ ਇਹ
वाकई पठान यार बड़े प्यारे लोग ने। हाँ जी हाँ जी। मैं रक्षा वाले खान साहब ने क्या बह खान साहब सदर जाएगा, कहते मेरा ख्याल है इस हुकूमत में तो नहीं जाएगा। उसी धर्मपुर वाला कह रहे थे। हाँ जी। राष्ट्र न्यूट्रल कर न्यूट्रल। अच्छा लेकिन मेरी बात सुनिए, मैं आपको मदद करना चाहती हूँ। अच्छा। आप मुझसे क्या पूछ लेना चाहती हूँ? बस अभी 15-20 मिनट दे दियो जी। हाँ ले टाइम बता ला, तेनू केड़ा राह नजर आना, केड़ी सड़क किधर जाती है? देखिए मेरी बात एहो तेन नहीं पता, अन्ना अन्ने वाह जाता है आज तो सही है ने। मैं अर्ज कर रहा कि एक सेल्फी हो जाए, एक सेल्फी। ਉਹਨੇ ਕੁਛ ਨਹੀਂ ਕਹਿਣਾ, ਨਸਵਾਰ ਰੱਖ ਕੇ ਇਹਨੇ ਕਹਿਣਾ ਮੈਂ ਯਾ ਫੱਕ ਔਰ ਵਰਤ ਕੇ ਬੈਕ ਗੇਅਰ ਲਾ ਲਾ ਉਹ ਬੈਕ ਨਹੀਂ ਲੁਆਈਦਾ ਯਾਰ ਬਾਤ ਨਹੀਂ ਮੈਂ ਆਪ ਕੀ ਆਈ ਹੂੰ ਆਪ ਮੇਰੇ ਕੀ ਚਾਹਤੇ ਮੈਂ ਜੀ ਆਪਣੀ ਅੱਖਾਂ ਦਾ ਇਲਾਜ ਕਰਵਾਉਣਾ ਸੀ ਮੈਂ ਤੇ ਦਰਦ ਦਰ ਫਿਰ ਲਿਆ ਕਿੱਥੇ ਕਿੱਥੇ ਗਏ ਹੋ ਮੈਂ ਤੇ ਦੁਨੀਆ ਮੈਂ ਹਿੰਦੁਸਤਾਨ ਵੀ ਗਿਆ ਸੱਚਾ ਜੀ ਓਕੇ ਹਾਂ ਉੱਥੇ ਮੈਂ ਗਿਆ ਜੀ ਹਿੰਦੁਸਤਾਨ ਬਿਮਾਰ ਹੋ ਗਿਆ ਫਿਰ ਡਾਕਟਰ ਕੋਲ ਗਿਆ ਉਹਨੇ ਮੈਨੂੰ ਦੋ ਗੋਲੀਆਂ ਦਿੱਤੀਆਂ ਕਹਿੰਦਾ ਦੁੱਧ ਨਾਲ ਖਾ ਕੇ ਤੇ ਸ਼ਾਂਤੀ ਨਾਲ ਸੌਂ ਜਾ ਸ਼ਾਂਤੀ ਫਿਰ ਮੈਂ ਚਲਾ ਗਿਆ ਸ਼ਾਂਤੀ ਯਾਰ ਫਿਰ ਸ਼ਾਂਤੀ ਚ ਲਾਂਤੀ ਹੋਇਆ ਜੀ ਨਰਿੰਦਰ ਮੋਦੀ ਸਾਲਾ ਕਹਿੰਦਾ ਮੈਂ ਪਾਣੀ ਬੰਦ ਕਰ ਦਿਆਂਗਾ ਉਹਨੂੰ ਪਤਾ ਨੀ ਹੋਇਆ ਸਾਡੀ ਕੌਮ ਤੇਰੇ ਵੱਲ ਘੂਰ ਕੇ ਵੇਖੇ ਤੂੰ ਪਿੱਛੋਂ ਪਾਣੀ ਛੱਡ ਦੇਣਾ ਸਾਹਿਬ ਕੋ ਜਾ ਕੇ ਰੋਜ਼ ਬਰਗਰ ਖਾਵਾਂ ਤਾਂ ਲਕਸ਼ਮੀ ਚੌਂਕ ਥਾਲੀ ਸਾਹਿਬ
ਬਰਗਰ ਵਾਲੇ ਜਿੱਥੋਂ ਫ੍ਰੀ ਖਾਣਾ ਸਾਲੇ ਇੱਥੇ ਅੱਗ ਨਾ ਲੈਣਾ ਫਿਰ ਸਾਲਿਆਂ ਫ੍ਰੀ ਨਹੀਂ ਕੋਈ ਪਿਆਰ ਵਾਲੇ ਵੀ ਹੁੰਦੇ ਨੇ ਪਾਗਲ ਦਾ ਪੁੱਤ ਜੀ ਮੈਂ ਸ਼ਰਤ ਪਰ ਦੂੰਗੀ ਮੈਂ 2 ਕਰੋੜ ਪਹਿਲੇ ਮੁਝੇ ਆਪ ਕੋਈ ਨਾ ਸ਼ੇਰ ਸੁਣਾਏ ਮੈਂ ਸੁਣਾ ਸੁਣਾ ਬਈ ਜਲਦੀ ਤੁਹਾਨੂੰ ਪਤਾ ਨਹੀਂ ਤੁਸੀਂ ਕਿੱਡੇ ਬਾਸ ਜ਼ੌਕ ਆਦਮੀ ਨੂੰ ਦਾਵਤ ਦਿੱਤੀ ਸ਼ੇਰ ਦੀ ਇਹ ਤੁਹਾਡੀ ਡਰੈਸਿੰਗ ਤੋਂ ਭਾਣ ਲੱਗ ਰਿਹਾ ਇਹ ਤਾਂ ਮਲਬੂਸਾਤ ਅਭੀ ਮੈਨੇ ਪੂਰੇ ਪਹਿਨੇ ਹੀ ਨਹੀਂ ਚਲੇ ਸ਼ੇਰ ਹੈ ਉਰਦੂ ਆਪਕੋ ਆਤੀ ਹੈ ਨਾ ਯੈਸ ਆਤੀ ਹੈ ਉਰਦੂ ਮੇਂ ਕਿਆ ਆਮਦ ਹੋ ਗਈ ਹਾਂਜੀ ਸੁਣਾ ਕਿ ਮੈਨੇ ਉਸਸੇ ਕਹਾ ਤੁਹਾਡੀ ਸ਼ਲਵਾਰ ਫਟੀ ਹੈ ਫਰਾਜ਼ ਆਹਾ मैंने उससे कहा क्या कहा तुम्हारी शलवार फटी है फराज तो फिर क्या हुआ हंस के वो कहने लगी क्या होले होले से हवा लगी हाँ जी तो तू भी कुछ सुना दे अल्लाह का शुक्र है तू सुना दिया मैं मरीज नूं टीका अन्नी सोनी मैडम आई है ऐसे हम काफिर बन गए हैं काफिर नहीं मेरी तो बेटी है Yes, yes. अच्छा अल्लाह जी okay. मेरा सारा इतना समझ गया No problem, bro. तेरी पावर उल्टी करन लगा और यार पुरानी जगह से जी जी तब उन्होंने फरमाया कि बेख्याली में ही हुई बेख्याली में ही हुई बस इरादा कर लिया अपने दिल के शौक को हद से ज्यादा कर लिया जानते थे हम दोनों इसको निभा सकते नहीं उसने भी वादा कर लिया मैंने भी वादा कर लिया वीर पे वीर पे वीर पे अगर फक्की का मजा ना आवे ताकि बार तो पैसे वापस ओके तुसी मंठा टाइम दे नहीं शायद की बता उतरी मां दे बच्चे तेनू क्या शेर सुना तू अपनी बेबे दी दास्तान बयान कर मैं ते अपने ब्राह्मण नु मशवरा देंगा सीधा सीधा ओके रावी मेरे दोस्तों जेड़ी जेड़ी गड्डियां जेड़ी जेड़ी प्रॉपर्टियां ने साम के रख लो इधरों लभदा कख नहीं मैं भी कदी सोफिया ते बैठ के ड्रामा देखदा हुंदा सी इट चुक के फिर रिया ए दी किस नाल प्यार करदे सच्ची झूठ चल मैं ते कदी जेबल कदी तक्की नहीं आज आ ना एते एटीएम मशीन दे कोल मंगे के एटीएम मशीन कह रही हुंदी हट वापस आ रहे आपकी नजर नहीं पाई थोड़े जिते ज्यादा ने तुहाडे नजर प्यार है तुहाडे लिए जो लिखी है पेश करना चाहना इरशाद है जी और साथ ते मेरा दोस्त पैरा सेट हो गया सानू इत्थे छड गया खलो जा उंतरी मां गया बच्चिया ते मशवरा देन लगा ले आ जा आ जा ओ 15 ते फोन करो बच्चे दी इज्जत टुटी जान नहीं जाए प्लीज अंधेरा भी बड़ा आप दोस्तों एक गल ध्यान च रखना के नून नफा नहीं औरत दी जात विचो नून नफा नहीं औरत दी जात विचो पहले हस हस के दीदार दंदे नून नफा नहीं औरत दी जात विचो पहले हस हस के दीदार दंदे पैसे मुक जांदे यारी टूट जांदी गैरा नाल खलो के साड़ दंदे ओ बेड़ी अद समुंदरी लै जांदे गिन गिन के गोते हजार दंदे ओ शुक्र कर शौकी तू बच गए नहीं ते जालम ते जानो भी मार दंदे चलो आजो सैनी की